ਸਤਿਕਾਰ ਤੇ ਸਨਮਾਨ ਯੋਗ ਸੁਰਗ ਵਾਸੀ ਨਮਨ
भावे दो हमने वाली गुरु ग्रंथ साहब जी की पवित्र बाणी का एक काल तो लैके 18-20 तक जाप होया ग्रहण में कीर्तन होया पर अब समुचे तौर पर समाजिक तौर पर असि इकट्ठे होकर फिर कोई जोगड़ी गुरु के चरणा कर ले इकट्ठे हुए हैं। बहुत बड़ा कथ है कि कारण के नम्रदास साहब सरदार अजीत सिंह जी के माता प्रीतम कौर जी ने एक ऐसे बच्चे जन्म दिता जिहड़ा समाज सेवक है जिहदे विच सारे वास्ते प्यार सारे लई हमदर्दी सारे नूं बहुत बहुत धन्यवाद और बहुत बहुत धन्यवाद भाई साहब भाई गुरमुख सिंह जी हजूरी वाली कथा गुरद्वारा श्री हीरपुर कलोनी पठानकोट जिन्हां ने वैरागमय कीर्तन करके संगतां नूं चेता करवाउण दा यत्न कीता कि इह चले जाण दा वक्त एक बार सारिआं उत्ते आउणा है सानूं चेते रख के परमेश्वर दा सिमरन करना चाहीदा है। हुण उह नाम साहिब दा पाठ करनगे सारे माता जी ने मेरे अरदास विच फुटाउणा और दृढ़ अपने मन की एकाग्रता नाल अरदास करनी तां जो अकादमिक क्रेडिट ना खा लो अगर कोई गलती हो गई होवे तां मैं सारिआं नूं इस गल वास्ते आपणे कोलों माफ़ी मंगदा अते बुलाओ जी वाहिगुरु जी का खालसा वाहिगुरु जी का फतेह। मिठा लगे तेरा पाना
जी जन सब
मिठा लगे तेरा खाना, मिठा लगे तेरा खाना, मिठा लगे तेरा खाना। Oh,
ਪ੍ਰਾਣੀ ਦੇ ਕੋਲ ਜਾਣ ਨਾਲ ਜਿੱਥੇ ਪਰਿਵਾਰ ਵਾਲਿਆਂ ਨੂੰ ਬਹੁਤ
ਅਰਦਾਸ ਕਰੀ ਉਹਦੇ ਗੁਰੂ ਦੇ ਕਲਿਆਣ ਵਾਸਤੇ ਕਰਦੇ ਹਾਂ ਤੇ ਮਾਜਣ ਵਾਲਿਆਂ ਬਾਰੇ ਸਬਰ ਤੇ ਸਿੱਖ ਨਾਲ ਜੀਵਨ ਬਤੀਤ ਕਰਨ ਵਾਲੇ ਉਹਨਾਂ ਦੇ ਧਰਮ ਪਤਨੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਪ੍ਰੀਤਮ ਕੌਰ ਜੀ ਇਹਨਾਂ ਦੀ ਮਿੱਠੀ ਯਾਦ ਵਿੱਚ ਜੁੜ ਕੇ ਇਕੱਠੇ ਹੋਏ ਹਾਂ ਅੰਤਮ ਅਰਦਾਸ ਦੇ ਵਾਸਤੇ ਭਾਵੇਂ ਦੋ ਜਹਾਨ ਦੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇੱਕ ਓਂਕਾਰ ਤੋਂ ਲੈ ਕੇ 18 ਦਾ ਸੰਗੀਤ ਤੱਕ ਜਾਪ ਹੋਇਆ ਗ੍ਰੰਥ ਦੇ ਕੀਰਤਨ ਹੋਇਆ ਪਰ ਅੱਜ ਸਮੁੱਚੇ ਤੌਰ ਤੇ ਸਮਾਜਿਕ ਤੌਰ ਤੇ ਅਸੀਂ ਇਕੱਠੇ ਹੋ ਕੇ ਫਿਰ ਕੋਈ ਜੋਗਣੀ ਗੁਰੂ ਦੇ ਚਰਨਾਂ ਵਿੱਚ ਕਰਨ ਲਈ ਇਕੱਠੇ ਹੋਏ ਹਾਂ ਬਹੁਤ ਵੱਡਾ ਕੰਮ ਹੈ ਇਹਦਾ ਕਾਰਨ ਕਿ ਨਮਰਦਾਸ ਸਾਹਿਬ ਸਰਦਾਰ ਅਜੀਤ ਸਿੰਘ ਜੀ ਤੇ ਮਾਤਾ ਪ੍ਰੀਤਮ ਕੌਰ ਜੀ ਨੇ ਇੱਕ ਐਸੇ ਬੱਚੇ ਨੂੰ ਜਨਮ ਦਿੱਤਾ ਜਿਹੜਾ ਸਮਾਜ ਸੇਵਕ ਹੈ ਜਿਹਦੇ ਵਿੱਚ ਸਾਰਿਆਂ ਵਾਸਤੇ ਪਿਆਰ ਸਾਰਿਆਂ ਲਈ ਹਮਦਰਦੀ ਸਾਰਿਆਂ ਨੂੰ ਰਿਸਪੈਕਟ ਐਸੋਸੀਏਸ਼ਨ ਸ੍ਰੀ ਕ੍ਰਿਸ਼ਨ ਚੰਦਰ ਜੀ ਮਹਾਜਨ ਸੂਬਾ ਜਨਰਲ ਸਕੱਤਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਭਦਰੋਵਾ ਤੋਂ ਜਥੇਦਾਰ ਤੇਜਾ ਸਿੰਘ ਜੀ ਉਹਨਾਂ ਨੇ ਸੋਗ ਸੰਦੇਸ਼ ਭੇਜਿਆ ਸ੍ਰੀ ਜਸਵੰਤ ਸਿੰਘ ਜੀ ਪਟਾਦਾ ਜੋਨ ਇੰਚਾਰਜ ਦੁਆਬਾ ਜੱਟ ਮਹਾਸਭਾ ਪੰਜਾਬ ਉਹ ਵੀ ਅਜਿਹੇ ਤੌਰ ਤੇ ਆਏ ਨੇ ਜੀ ਆਏ ਸਤਿਕਾਰਯੋਗ ਸਰਦਾਰ ਮੋਹਨ ਸਿੰਘ ਜੀ ਭੱਟੀ ਸੀਨੀਅਰ ਅਕਾਲੀ ਆਗੂ ਨੇ ਡੀਐਂਡਕੇ ਦੇ ਜੰਮੂ ਕਸ਼ਮੀਰ ਦੀ ਡਿਸਟ੍ਰਿਕਟ ਕਮੇਟੀ ਦੇ ਸਾਬਕਾ ਸੀਨੀਅਰ ਮੈਂਬਰ ਉਹਨਾਂ ਵੱਲੋਂ ਵੀ ਹਾਜ਼ਰੀ ਭਰੀ ਗਈ ਹੈ ਧੰਨਵਾਦ ਸ੍ਰੀ ਰੋਹਿਤ ਕੋਹਲੀ ਜੀ ਵਾਈਸ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਸੰਮਤੀ ਮੈਂਬਰ ਵਪਾਰ ਸੈੱਲ ਉਹਨਾਂ ਵੱਲੋਂ ਵੀ ਸੁੱਖ ਸੁਨੇਹਾ ਆਇਆ ਧੰਨਵਾਦ ਉਹਨਾਂ ਦਾ ਵੀ ਕਰਦੇ ਹਾਂ ਜੀ ਆਲ ਇੰਡੀਆ ਜਾਟ ਮਹਾਸਭਾ ਵੱਲੋਂ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਚੌਟਾਲਾ ਪ੍ਰਧਾਨ ਆਲ ਇੰਡੀਆ ਜਾਟ ਮਹਾਸਭਾ ਦੁਆਬਾ ਜੋਨ ਅਤੇ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਕਮੇਟੀ ਸੰਦੇਸ਼ ਪਹੁੰਚਿਆ ਸ਼੍ਰੀ ਐਸ ਕੇ ਪੁੰਜ ਜੀ ਉਹਨਾਂ ਵੱਲੋਂ ਵੀ ਸੋਗ ਸੰਦੇਹਾ ਸ਼੍ਰੀ ਬ੍ਰਾਹਮਣ ਸਭਾ ਪਠਾਨਕੋਟ ਉਹਨਾਂ ਵੱਲੋਂ ਵੀ ਸੰਦੇਸ਼ ਸੋਗ ਸੰਦੇਸ਼ ਹੈ ਸ਼੍ਰੀ ਅਜੀਤ ਸਿੰਘ ਜੀ ਮੰਟੂ ਸ਼੍ਰੀ ਅਮਿਤ ਸਿੰਘ ਜੀ ਮੰਟੂ ਉਹਨਾਂ ਵੱਲੋਂ ਵੀ ਸੋਗ ਸੰਦੇਸ਼ ਹੈ ਔਰ ਗੁਰਦੁਆਰਾ ਦਸ਼ਮੇਸ਼ ਗਾਰਡਨ ਕਲੋਨੀ ਨਰਵਾ ਕੋਟ ਸਰਦਾਰ ਹਰਜਿੰਦਰ ਸਿੰਘ ਜੀ ਖਾਲਸਾ ਉਹਨਾਂ ਵੱਲੋਂ ਵੀ ਸੋਗ ਸੰਦੇਸ਼ ਹੈ ਸਰਦਾਰ ਜਸਵੰਤ ਸਿੰਘ ਜੀ ਰਾਣੀਕੋਟ ਕਿਸਾਨ ਵਿੰਗ ਪਠਾਨਕੋਟ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਸਾਰਿਆਂ ਵੱਲੋਂ ਸ਼੍ਰੀ ਸੁਸ਼ੀਲ ਕੋਟਲਾ ਸੈਕਟਰੀ ਪੰਜਾਬ ਭਾਰ ਬਹਾਦਰ ਨਹੀਂ ਹੋ ਸਕੇ ਉਹਨਾਂ ਵੱਲੋਂ ਸੰਦੇਸ਼ ਨੇ ਹਾਂ ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਕੇਸਰ ਸਿੰਘ ਜੀ ਗੱਤਕਾ ਫਰਵਾੜੀ ਗੱਤਕਾ ਪਾਰਟੀ ਉਹਨਾਂ ਸਾਰਿਆਂ ਵੱਲੋਂ ਵਿਸ਼ੇਸ਼ ਤੌਰ ਤੇ ਜਥੇਦਾਰ ਗੁਰਜੀਤ ਸਿੰਘ ਜੀ ਸਰਦਾਰ ਕਰਮ ਸਿੰਘ ਜੀ ਇਹਨਾਂ ਸਾਰਿਆਂ ਦੇ ਵੱਲੋਂ ਵੀ ਸੋਗ ਸੰਦੇਸ਼ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਖੀਰ ਧੰਨਵਾਦ ਮੈਂ ਬੇਨਤੀ ਕਰਾਂਗਾ ਕਿ ਜੱਟ ਮਹਾਸਭਾ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਔਰ ਮਾਤਾ ਪ੍ਰੀਤਮ ਕੌਰ ਜੀ ਦੇ ਲਾਡਲੇ ਸਪੁੱਤਰ ਜਿਨ੍ਹਾਂ ਨੇ ਸਮਾਜ ਵਿੱਚ ਆਪਣਾ ਨਵੇਕਲਾ ਥਾਂ ਬਣਾਇਆ ਉਹ ਆਈਆਂ ਸੰਗਤਾਂ ਜੋ ਉਹਨਾਂ ਨਾਲ ਹਮਦਰਦੀ ਕਰਨ ਆਈਆਂ ਨੇ ਉਹਨਾਂ ਪ੍ਰਤੀ ਕੋਈ ਚਾਰ ਸ਼ਬਦ ਬੋਲ ਕੇ ਉਹਨਾਂ ਨੂੰ ਜੀ ਆਇਆ ਕਹਿਣ ਸਰਦਾਰ ਅਵਤਾਰ ਸਿੰਘ ਜੀ ਕਲੇਰ ਉਹਨਾਂ ਨੂੰ ਨਿਮਰਤਾ ਸਾਹਿਬ ਬੇਨਤੀ ਦੇਖਿਆ ਇਹਾ ਹੁਕਮ ਕਮਾਏ ਘੱਲੇ ਆਵੇ ਨਾਮਕਾ ਸਦੇ ਉੱਥੇ ਜਾਏ ਤੇ ਮਹਾਂਵਾਕ ਅਨੁਸਾਰ ਅੱਜ ਤੋਂ ਠੀਕ 10 ਦਿਨ ਪਹਿਲਾਂ ਸਾਡੇ ਬੜੇ ਹੀ ਸਤਿਕਾਰਯੋਗ ਮੇਰੇ ਮਾਤਾ ਪ੍ਰੀਤਮ ਕੌਰ ਜੀ ਜੋ ਕਿ ਅੱਜ ਤੋਂ 10 ਦਿਨ ਪਹਿਲਾਂ ਸਾਨੂੰ ਸ੍ਰੀ ਵਿਛੋੜਾ ਪਰਿਵਾਰ ਨੂੰ ਲਿਖੇ ਸਨ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਮੇਰੇ ਸੱਜਣ ਦੋਸਤ ਰਿਸ਼ਤੇਦਾਰ ਸੰਬੰਧੀ ਔਰ ਲਾਗੇ ਤੋਂ ਆਏ ਹੋਏ ਅਲੱਗ ਅਲੱਗ ਪਾਰਟੀਆਂ ਦੇ ਰਾਜਨੀਤਿਕ ਲੀਡਰ ਸਾਹਿਬਾਨ MLA ਸਾਹਿਬਾਨ ਔਰ ਅਫਸਰ ਸਾਹਿਬਾਨ ਜਿਹੜੇ ਆਏ ਨੇ ਔਰ ਮੇਰੇ ਹਲਕਾ ਸੁਜਾਨਪੁਰ ਔਰ ਪਠਾਨਕੋਟ ਤੋਂ ਜਿੰਨੇ ਵੀ ਮੇਰੇ ਵੀ ਸਾਡੇ ਨਾਲ ਸਾਡੇ ਪਰਿਵਾਰ ਨਾਲ ਦੋ ਸੱਜਾ ਤੱਕ ਆਏ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਹਨਾਂ ਨੇ ਸਾਡੇ ਪਰਿਵਾਰ ਨਾਲ ਅੱਜ ਇੱਥੇ ਸ਼ਰੀਕ ਹੋ ਕੇ ਸਾਡਾ ਦੁੱਖ ਸਾਂਝਾ ਕੀਤਾ ਕਿਉਂਕਿ ਬਹੁਤ ਹੀ ਸੁਚੱਜੇ ਢੰਗ ਨਾਲ ਸਾਡੇ ਅਧੀਨ ਦੀ ਜਗ੍ਹਾ ਭਾਈ ਗੋਬਿੰਦ ਸਿੰਘ ਜੀ ਬੜੇ ਹੀ ਬਰਾਬਰੀ ਢੰਗ ਨਾਲ ਉਹਨਾਂ ਨੇ ਸ਼ਮਦਾਨ ਕੀਤਾ ਔਰ ਮੇਰੇ ਲਈ ਜਿੰਨੇ ਵੀ ਸਾਡੇ ਪ੍ਰੈਸ ਦੇ ਵੀ ਆਏ ਨੇ ਉਹਨਾਂ ਦੇ ਬੜਾ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਾਂ ਆਈ ਜੀ ਸਾਹਿਬ ਮੇਰੇ ਬੜੇ ਪਰਮ ਮਿੱਤਰ
ਮਾਸਟਰ ਕੌਣ ਲਾਲ ਜੀ। ਮੈਂ ਕਹਿਣਾ ਦੱਸਣਾ ਚਾਹੁੰਦਾ ਕਿ ਅੱਜ ਮਾਸਟਰ ਜੀ ਮੇਰੇ ਘਰ ਚੌਥਾ ਮੇਰਾ ਚਾਰ ਜਾਂ ਪੰਜਵੀਂ ਵਾਰ ਮੇਰਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਗਏ ਨੇ ਔਰ ਮੈਂ ਸੱਜੇ ਜਨਰ ਬੈਠੇ ਮੈਂ ਇਹੋ ਜਿਹੇ ਵੀਰਾਂ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਮਾਸਟਰ ਜੀ ਜਿਸ ਤੋਂ ਮੇਰੀ ਮਾਂ ਦੀ ਡੈਥ ਹੋਈ ਹੈ ਠੀਕ 15 ਮਿੰਟ ਬਾਅਦ ਮੇਰੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆ ਗਏ ਸੀ। ਮੈਂ ਦੁਬਾਰਾ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਅੱਜ ਭੋਗ ਤੋਂ ਬਾਅਦ ਅਰਦਾਸ ਹੋਈ ਹੈ ਉਸ ਤੋਂ ਬਾਅਦ ਲੰਗਰ ਜਿਹੜਾ ਗੁਰੂ ਘਰ ਵਿੱਚ ਵਰਤੇਗਾ। ਸੱਚੀ ਸਰਦਾਰਨੀ ਮੇਰੇ ਵੀਰਾਂ ਦੀ ਉਹੀ ਹੈ ਮੇਰੇ ਪਰਿਵਾਰ ਦੇ ਨਾਲ ਜੋ ਕੋਈ ਸਾਂਝਾ ਸਮਝਾਂਗਾ ਕਿ ਲੰਗਰ ਜਿਹੜਾ ਅੱਜ ਮਾਤਾ ਜੀ ਦੀ ਯਾਦ ਵਿੱਚ ਅਸੀਂ ਬਣਾਇਆ ਹਰ ਇਨਸਾਨ ਜਿਹੜਾ ਉਹ ਲੰਗਰ ਨੂੰ ਛੱਕੇ ਜਾਏ ਇਹ ਤੁਹਾਡੇ ਚਰਨਾਂ 'ਚ ਮੇਰੀ ਖਾਸ ਬੇਨਤੀ ਹੈ। ਅਖੀਰ ਵਿੱਚ ਮੈਂ ਫਤਿਹ ਬੁਲਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪ੍ਰਬੰਧ ਸਿੰਘ ਜੀ ਹਜ਼ੂਰੀ ਵਾਲੀ ਕਥਾ ਗੁਰਦੁਆਰਾ ਸ਼੍ਰੀ ਭੀਰਪੁਰ ਕਲੋਨੀ ਪਠਾਨਕੋਟ ਜਿਨ੍ਹਾਂ ਨੇ ਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਇਹ ਚੇਤਾ ਕਰਵਾਉਣ ਦਾ ਯਤਨ ਕੀਤਾ ਕਿ ਇਹ ਚਲੇ ਜਾਣ ਦਾ ਵਕਤ ਇੱਕ ਵਾਰ ਸਾਰਿਆਂ ਉੱਤੇ ਆਉਣਾ ਸਾਨੂੰ ਚੇਤੇ ਰੱਖ ਕੇ ਪਰਮੇਸ਼ਵਰ ਦਾ ਸਿਮਰਨ ਕਰਨਾ ਚਾਹੀਦਾ। ਹੁਣ ਉਹ ਨਾਮ ਸਾਹਿਬ ਦਾ ਪਾਠ ਕਰਨਗੇ ਸਾਰਿਆਂ ਨੂੰ ਮਾਤਾ ਜੀ ਨੇ ਮੇਰੇ ਅਰਦਾਸ ਵਿੱਚ ਫਟਾਉਣਾ ਔਰ ਦ੍ਰਿੜ ਆਪਣੇ ਮਨ ਦੀ ਇਕਾਗਰਤਾ ਨਾਲ ਅਰਦਾਸ ਕਰਨੀ ਤਾਂ ਜੋ ਅਕਾਲ ਭੈਰਵ ਸਿੰਘ ਜੀ ਧੋਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।